amigo en casa de ਇਹਨਾਂ ਦੇ ਟਰਾਲੀ ਦੇ ਜਾਣ ਡੇ ਗੰਨਾ ਲੈ ਕੇ ਟਰੈਕਟਰ 'ਤੇ ਬੈਠਾ ਸੀ ਜਾ ਕੇ ਤਾਂ ਹਾਦਸਾ ਹੋ ਗਿਆ ਇਹਨਾਂ ਦੀ ਡੈਥ ਹੋ ਗਈ ਆ ਬਹੁਤ ਗਰੀਬ ਪਰਿਵਾਰ ਆ ਅਤੇ ਅਸੀਂ ਮੰਗ ਇਹੀ ਕਰਦੇ ਹਾਂ ਵੀ ਮਨ ਵੱਧ ਤੋਂ ਵੱਧ ਇਹ ਪਰਿਵਾਰ ਦੀ ਜਿਹੜਾ ਬੱਚਾ ਛੋਟਾ ਇੱਕ ਘਰ ਵਾਲੀ ਆ ਮੰਮੀ ਡੈਡੀ ਨੇ ਉਹਨਾਂ ਦੇ ਵੱਧ ਤੋਂ ਵੱਧ ਉਹਨਾਂ ਦੀ ਮਦਦ ਹੋਣੀ ਚਾਹੀਦੀ ਆ ਜਿੰਨੇ ਵੱਧ ਤੋਂ ਵੱਧ ਹੋਏ ਅਸੀਂ ਵੀ ਕਰਾਂਗੇ ਸਰਕਾਰ ਨੂੰ ਸਾਡੇ ਤੋਂ ਬਹੁਤ ਮੰਗ ਆ ਵੀ ਹੱਥ ਜੋੜ ਕੇ ਬੇਨਤੀ ਆ ਜਿੰਨੇ ਹੋ ਸਕਦੀ ਵੱਧ ਤੋਂ ਵੱਧ ਮਦਦ ਸਾਰੇ ਕਰੋ ਰਲ ਮਿਲ ਕੇ ਸਰਕਾਰ ਪਿੰਡ ਧਾਵੇ ਤੋਂ ਆਪਣੇ ਠਾਕਰ ਇਕਬਾਲ ਸਿੰਘ ਜੀ ਜਿਹੜੇ ਆ ਨਾਲ ਉਹਨਾਂ ਦੇ ਰਕੇਸ਼ ਕੁਮਾਰ ਅਤੇ ਇੱਕ ਲੜਕਾ ਹੋਰ ਸੀਗਾ ਅਤੇ ਮਾਤ ਲੈ ਕੇ ਜਾ ਰਹੇ ਸੀਗੇ ਮਿਲ ਦੇ ਵਿੱਚ ਅਤੇ ਆਪਣੇ ਧਨੋਏ ਪੱਤਰ ਤੋਂ ਥੋੜ੍ਹਾ ਜਿਹਾ ਅੱਗੇ ਜਾ ਕੇ ਟਰਾਲੀ ਇਹਨਾਂ ਦੀ ਪਲਟਣ ਦੇ ਕਾਰਨ ਜਿਹਦੇ ਵਿੱਚ ਠਾਕਰ ਇਕਬਾਲ ਸਿੰਘ ਜੀ ਦੀ ਅਤੇ ਰਕੇਸ਼ ਕੁਮਾਰ ਜੀ ਦੀ ਆ ਜਿਹੜੀ ਆ ਡੈਥ ਹੋ ਗਈ ਆ ਅਤੇ ਇੱਕ ਲੜਕਾ ਜਿਹੜਾ ਉਹ ਮਕੇਰੀਆਂ ਹੋਸਪਿਟਲ ਦੇ ਵਿੱਚ ਦਾਖਲ ਜੀ ਅੱਜ ਸਾਡੇ ਨਜ਼ਦੀਕ ਪਿੰਡ ਧਾਵੇ ਦੋ ਜਵਾਨ ਬੱਚੇ ਆਪਣੇ ਗੰਨੇ ਟਰਾਲੀ ਲੈ ਕੇ ਮਕੇਰੀਆਂ ਜਾ ਰਹੇ ਸੀ ਅਤੇ ਧਨੋਏ ਲਾਗੇ ਟਰਾਲੀ ਦਾ ਸੰਤੁਲਨ ਵਿਗੜ ਕਰਕੇ ਟਰਾਲੀ ਪਲਟ ਗਈ ਦੋ ਜਵਾਨ ਬੱਚੇ ਮਰ ਗਏ ਬਹੁਤ ਜ਼ਿਆਦਾ ਭਿਆਨਕ ਹਾਦਸਾ ਹੋਇਆ ਵਾ ਬਹੁਤ ਦੁਖਦਾਈ ਘਟਨਾ ਵਾ ਦੋਵਾਂ ਦੀ ਮੌਕੇ 'ਤੇ ਮੌਤ ਹੋ ਗਈ ਹੈ ਅਤੇ ਇੱਕ ਮੁੰਡਾ ਜ਼ਖਮੀ ਹੈ ਤਿੰਨੇ ਜਵਾਨ ਮੁੰਡੇ ਗਰੀਬ ਪਰਿਵਾਰਾਂ ਦੇ ਕਿਸਾਨ ਦੇ ਅਤੇ ਮਜ਼ਦੂਰਾਂ ਦੇ ਬੱਚੇ ਸੀ ਅਤੇ ਆਪਾਂ ਬਿੱਲ ਬਾਲਕਾਂ ਨੂੰ ਅਪੀਲ ਕਰਦੇ ਹਾਂ ਵੀ ਇਹਨਾਂ ਦਾ ਕੁਛ ਨਾ ਕੁਛ ਕੰਪਨਸੇਟ ਹੋਏ ਬਾਕੀ ਆਪਾਂ ਸਰਕਾਰ ਕੋਲੋਂ ਜੋ ਵੀ ਵੱਧ ਤੋਂ ਵੱਧ ਮਦਦ ਲੈ ਕੇ ਦੇ ਸਕਦੇ ਹੋਏ ਇਹਨਾਂ ਬੱਚਿਆਂ ਦੀ ਕੋਸ਼ਿਸ਼ ਕਰਾਂਗੇ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ ਧੰਨਵਾਦ